ਨਚਨ ਆਊਟਲੁੱਕ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੁਨੀਆ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਪਦਾਰਥ ਹਨ ਤੇ ਹਰ ਤਰ੍ਹਾਂ ਦੇ ਪਦਾਰਥ ਨੂੰ ਮਿਨਣ ਦਾ ਮਾਪਣ ਦਾ ਤੋਲਣ ਦਾ ਇੱਕ ਪੈਮਾਨਾ ਹੈ ਜਦੋਂ ਅਸੀਂ ਪਰਮਾਤਮਾ ਦੀ ਗੱਲ ਕਰੀਏ ਪਰਮਾਤਮਾ ਕਿੱਡਾ ਵੱਡਾ ਹੈ ਇਸ ਨੂੰ ਮਾਪਣ ਦਾ ਕੀ ਪੈਮਾਨਾ ਹੈ ਕੋਈ ਤੁਲਨਾਤਮਕ ਪੈਮਾਨਾ ਹੈ ਵੀ ਕਿ ਨਹੀਂ ਗੁਰੂ ਰਾਮਦਾਸ ਸਾਹਿਬ ਸਾਨੂੰ ਇਹ ਦੱਸਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 549ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀਂ ਤੇ ਨਾਲ ਹੀ ਗੁਰੂ ਅਮਰਦਾਸ ਸਾਹਿਬ ਸਾਨੂੰ ਸੋਚਣ ਲਈ ਮਜਬੂਰ ਕਰਦੇ ਨੇ ਜਦੋਂ ਉਹ ਗੱਲ ਕਰਦੇ ਹਨ ਮਿੱਥ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਮਿੱਥ ਕੇ ਇੱਕ ਖਾਸ ਸਮਾਂ ਚੁਣ ਕੇ ਪ੍ਰਭੂ ਦੀ ਸਿਫਤ ਸਲਾਹ ਕਰਨਾ ਕਿੰਨਾ ਕੁ ਸਹੀ ਹੈ ਇਹਦੇ ਕੀ ਫਾਇਦੇ ਹਨ ਜਾਂ ਕੀ ਫਾਇਦੇ ਨਹੀਂ ਹਨ ਇਹ ਜਾਣਾਂਗੇ ਆਓ ਸ਼ੁਰੂ ਕਰੀਏ ਮਨਮੁਖ ਮੂਲੋਂ ਭੁਲਾਈ ਅਨ ਵਿੱਚ ਲਬ ਲੋਭ ਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਕਿ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ ਮਨਮੁਖ ਮੂਲੋਂ ਮੂਲੋਂ ਭਾਵ ਕੇ ਮੁੱਢ ਤੋਂ ਪ੍ਰਭੂ ਤੋਂ ਭੁਲਾਈ ਹਨ ਵਿੱਚ ਲਬ ਲੋਭ ਹੰਕਾਰ ਕਿਉਂਕਿ ਉਹਨਾਂ ਦੇ ਅੰਦਰ ਲਬ ਲੋਭ ਤੇ ਹੰਕਾਰ ਹੈ ਇਸ ਕਰਕੇ ਉਹ ਪ੍ਰਭੂ ਵੱਲੋਂ ਭੁੱਲੇ ਹੋਏ ਨੇ ਉਹਨਾਂ ਦਾ ਹਰੇਕ ਦਿਨ ਲਬ ਲੋਭ ਆਦਿਕ ਝਗੜਾ ਕਰਦਿਆਂ ਦਾ ਹੀ गुज़र ਜਾਂਦਾ ਹੈ ਇਹ ਝਗੜਾ ਉਹ ਹੋਰਨਾਂ ਨਾਲ ਵੀ ਕਰਦੇ ਨੇ ਆਪਣੇ ਆਪ ਨਾਲ ਵੀ ਕਰਦੇ ਨੇ ਜੋ ਨਹੀਂ ਕਰਦੇ ਉਹ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਸ਼ਬਦ ਨਾ ਕਰਾ ਵਿਚਾਰ ਸੁਧ ਮਤ ਕਰਤਾ ਹਿਰ ਲਈ ਬੋਲਨ ਸਭ ਵਿਕਾਰ ਦਿੱਤਾ ਕਿਤਾ ਨ ਸੰਤੋਖੀ ਅੰਤਰ ਤ੍ਰਿਸ਼ਨਾ ਬਹੁਤ ਅਗਾਨ ਅੰਧਾਰ ਸੁਧ ਮਤ ਕਰਤਾ ਹਿਰ ਲਈ ਇਹ ਜੋ ਮਨਮੁਖ ਹਨ ਇਨਾਂ ਦੀ ਹੋਸ਼ ਤੇ ਅਕਲ ਉਸ ਅਕਾਲ ਪੁਰਖ ਕਰਤਾਰ ਨੇ ਪ੍ਰਮਾਤਮਾ ਨੇ ਖੋਲ੍ਹ ਲਈ ਹੈ ਹੁਣ ਜਦੋਂ ਅਕਲ ਹੀ ਖੁੱਸ ਗਈ ਤਾਂ ਬੋਲਨ ਸਭ ਵਿਕਾਰ ਹੁਣ ਉਹ ਨੇਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ ਦਿੱਤੈ ਕਿਤੈ ਨਾ ਸੰਤੋਖਿਯਨ ਅੰਤਰ ਤ੍ਰਿਸ਼ਨਾ ਬਹੁਤ ਅਗਾਨ ਅੰਧਾਰ ਕਿਸੇ ਵੀ ਦਾਤ ਦੇ ਮਿਲਣ ਤੇ ਰਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿੱਚ ਬੜੀ ਕ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ ਨਾਨਕ ਮਨਮੁਖਾਂ ਨਾਲੋਂ ਟੁੱਟੀਆਂ ਭਲੀ ਜਿਨ੍ਹਾਂ ਮਾਇਆ ਮੋਹ ਪਿਆਰ اے ਨਾਨਕ ਅਜਿਹੇ ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿੱਚ ਹੈ ਮਹਿਲਾ ਤੀਜਾ ਤਿੰਨ ਪੌ ਸੰਸਾਰ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿੰਨ ਕੀ ਪੈਜ ਰਖਦਾ ਆਪੇ ਰਖਣ ਹਾਰ ਜਿਨ੍ਹਾਂ ਦੇ ਸਿਰ ਤੇ ਪ੍ਰਭੂ ਹੈ ਜਿਨ੍ਹਾਂ ਦੇ ਸਿਰ ਤੇ ਗੁਰੂ ਹੈ ਭਾਵੇਂ ਜਿਹੜੇ ਪ੍ਰਭੂ ਨੂੰ ਤੇ ਗੁਰੂ ਨੂੰ ਆਪਣਾ ਰਾਖਾ ਸਮਝਦੇ ਹਨ ਡਰ ਤੇ ਚਿੰਤਾ ਉਹਨਾਂ ਦਾ ਕੀ ਵਿਗਾੜ ਸਕਦੇ ਨੇ ਜੀਵਨ ਦੇ ਵਿੱਚ ਹਾਲਾਤ ਕਿਸੇ ਵੀ ਤਰ੍ਹਾਂ ਦੇ ਪੈਦਾ ਹੋ ਸਕਦੇ ਨੇ ਸੌਖੇ ਵੀ ਤੇ ਔਖੇ ਵੀ ਉਹਨਾਂ ਹਾਲਾਤਾਂ ਦੇ ਪ੍ਰਤੀ ਤੁਸੀਂ ਰਿਐਕਟ ਕਿਵੇਂ ਕਰਦੇ ਇਹ ਨਿਰਪਰ ਕਰਦਾ ਹੈ ਕਿ ਤੁਸੀਂ ਗੁਰਮੁਖ ਹੋ કે ਮਨਮੁਖ ਹੋ ਮਨਮੁਖ ਹੋਵੋਗੇ ਔਖੇ ਹਾਲਾਤ ਪੈਦਾ ਹੋ ਜਾਣ ਤੇ दुखी ਹੋਵੋਗੇ ਚਿੰਤਤ ਹੋਵੋਗੇ ਪਰ ਜੇ ਗੁਰਮੁਖ ਹੋਵੋਗੇ ਤੇ ਜਿੱਦਾਂ ਦੇ ਮਰਜ਼ੀ ਹਾਲਾਤ ਤੁਹਾਡੇ ਜੀਵਨ ਦੇ ਵਿੱਚ ਪੈਦਾ ਹੋ ਜਾਵਣ ਔਖੇ ਤੋਂ ਔਖੇ ਹਾਲਾਤ ਵੀ ਪੈਦਾ ਹੋ ਜਾਵਣ ਤੁਸੀਂ ਚਿੰਤਤ ਨਹੀਂ ਹੋਵੋਗੇ ਤੁਸੀਂ ਡਰੋਗੇ ਨਹੀਂ ਫਿਰ ਭਾਵੇਂ ਤੁਹਾਨੂੰ ਆਰੇ ਤੇ ਬੰਨਿਆ ਹੋਵੇ ਤੇ ਕੁਝ ਹੀ ਪਲਾਂ ਵਿੱਚ چیرਣਾ ਹੋਵੇ ਫਿਰ ਭਾਵੇਂ ਤੁਹਾਡੀ ਖੋਪੜੀ ਦੇ ਉੱਪਰੋਂ ਵਾਲਾਂ ਨੂੰ ਟੁੱਟਿਆ ਜਾਣਾ ਹੋਵੇ ਫਿਰ ਭਾਵੇਂ ਤੁਹਾਨੂੰ ਬਲਦੇ ਰੇਗਿਸਤਾਨ ਦੇ ਵਿੱਚ ਬਿਠਾ ਕੇ ਤੇ ਸਿਰਾਂ ਦੇ ਉੱਪਰ ਉਹੀ ਤੱਤਾ ਤੱਤਾ ਰੇਤਾ ਪਾਉਣਾ ਹੋਵੇ ਗੁਰਮੁਖ ਹੋ ਤੁਹਾਡੇ ਅੰਦਰ ਕੋਈ ਡਰ ਨਹੀਂ ਹੋਏਗਾ ਕੋਈ ਚਿੰਤਾ ਨਹੀਂ ਹੋਏਗੀ ਤਿੰਨ ਭਉ ਸੰਸਾ ਕੀਆ ਕਰੇ ਜਿਨ ਸਤਗੁਰ ਸਿਰ ਕਰਤਾਰ ਰੱਖਿਆ ਕਰਨ ਵਾਲਾ ਪ੍ਰਭੂ ਆਪ ਹੀ ਉਹਨਾਂ ਦੀ लाज ਸਦਾ ਤੋਂ ਰਖਦਾ ਆਇਆ ਹੈ ਮਿਲ ਪ੍ਰੀਤਮ ਸੁਖ ਪਾਇਆ ਸੱਚਾ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਹੈ ਨਾਨਕ ਜੋ ਸੁਖ ਦਾਤਾ ਪ੍ਰਭੂ ਆਪ ਹੀ ਸਭ ਦੀ ਪਰਖ ਕਰਨ ਵਾਲਾ ਹੈ ਗੁਰਮੁਖ ਮਨੁਖ ਉਸ ਦੀ ਸੇਵਾ ਕਰਦੇ ਹਨ ਤੇ ਇਸ ਤਰ੍ਹਾਂ ਸੱਚੇ ਸ਼ਬਦ ਦੇ ਰਾਹੀ ਵਿਚਾਰ ਕਰਕੇ ਹਰੀ ਪ੍ਰੀਤਮ ਨੂੰ ਮਿਲ ਕੇ ਸੁਖ ਪਾਉਂਦੇ ਹਨ ਪੌੜੀ ਜੀ ਜੰਤ ਸਭ ਤੇਰੇ ਆ ਤੂੰ ਸਭ ਨਾਰਾਸ ਜਿਸ ਨੂੰ ਤੂੰ ਦੇਹ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਹੀਂ ਤੁਧ ਪਾਸ ਏ ਹਰੀ ਸਾਰੇ ਜੀਵ ਜੰਤ ਤੇਰੇ ਹਨ ਤੂੰ ਸਵਨਾ ਦਾ ਖਜ਼ਾਨਾ ਹੈ ਭਾਵ ਕਿ ਜੀਵਾਂ ਨੂੰ ਜੋ ਕੁਝ ਵੀ ਮਿਲਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਸਾਹ ਲੈਣ ਦੇ ਲਈ ਆਕਸੀਜਨ ਤੋਂ ਲੈ ਕੇ ਨਿਤ ਨਿਰਭਾਹ ਦੀਆਂ ਚੀਜ਼ਾਂ ਤੱਕ ਜੀਵਨ ਤੋਂ ਲੈ ਕੇ ਮੌਤ ਤੱਕ ਜੋ ਕੁਝ ਵੀ ਜੀਵਾਂ ਨੂੰ ਮਿਲਦਾ ਹੈ ਉਸ ਪ੍ਰਮਾਤਮਾ ਤੋਂ ਹੀ ਮਿਲਦਾ ਹੈ ਇਸ ਕਰਕੇ ਉਹ ਪ੍ਰਮਾਤਮਾ ਜੀਵਾਂ ਦਾ ਖਜ਼ਾਨਾ ਹੈ ਸਾਰੇ ਜੀ ਜੰਤ ਉਸ ਪ੍ਰਮਾਤਮਾ ਦੇ ਹਨ ਜਿਸ ਨੂੰ ਤੂੰ ਦੇਹੇ ਤਿਸ ਸਭ ਕੁਝ ਮਿਲੈ ਜਿਸ ਮਨੁੱਖ ਵਾਸਤੇ ਪ੍ਰਮਾਤਮਾ ਬਖਸ਼ਿਸ਼ ਕਰ ਦੇਵੇ ਉਹਨੂੰ ਸਭ ਕੁਝ ਹੀ ਮਿਲ ਜਾਂਦਾ ਹੈ ਹਰੇਕ ਸ਼ੈ ਮਿਲ ਜਾਂਦੀ ਹੈ ਕੋਈ ਉਸ ਰਸਤੇ ਦੇ ਵਿੱਚ ਨਹੀਂ ਆ ਸਕਦਾ ਜੇ ਪ੍ਰਮਾਤਮਾ ਨੇ ਇਹ ਨਿਰਣਾ ਕਰ ਲਿਆ ਕਿ ਕਿਸੇ ਜੀਵ ਨੂੰ ਕੁਝ ਦੇਣਾ ਹੈ ਤੇ ਉਸ ਜੀਵ ਨੂੰ ਉਹ ਮਿਲ ਜਾਣਾ ਹੈ ਕੋਈ ਵੀ ਸ਼ਰੀਕ ਨਹੀਂ ਹੈ ਰਸਤੇ ਦੇ ਵਿੱਚ ਜਿਹੜਾ ਉਸ ਦਾਤ ਨੂੰ ਉਸ ਜੀਵ ਤੱਕ ਪਹੁੰਚਣ ਤੋਂ ਰੋਕ ਸਕੇ ਹੋਰ ਸ਼ਰੀਕ ਨਾਹੀ ਤੁਦ ਪਾਸ ਤੂੰ ਇੱਕੋ ਦਾਤਾ ਸਬਸਦਾ ਹਰ ਪਹਿ ਅਰਦਾਸ ਜਿਸ ਦੀ ਤੁਦ ਭਾਵੈ ਤਿਸ ਦੀ ਤੂੰ ਮੰਨ ਲਹ ਸੋ ਜਨ ਸ਼ਾਬਾਸ ਪ੍ਰਭੂ ਤੇ ਜੀਵ ਦੇ ਵਿਚਕਾਰ ਕੋਈ ਸ਼ਰੀਕ ਨਹੀਂ ਜੋ ਪ੍ਰਭੂ ਦੀ ਦਾਤ ਨੂੰ ਜੀਵ ਤੱਕ ਪਹੁੰਚਣ ਤੋਂ ਰੋਕ ਸਕੇ हे ਪ੍ਰਭੂ ਤੂੰ ਇਕੱਲਾ ਆਪ ਸਭਨਾ ਦਾਦਾਤਾ ਹੈ ਇਸ ਕਰਕੇ ਹੀ ਹਰੀ ਸਭ ਜੀਵਾਂ ਦੀ ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ ਤੂੰ ਇੱਕੋ ਦਾਤਾ ਸਭਸ ਦਾ ਹਰ ਪਹਿ ਅਰਦਾਸ ਜਿਸ ਦੀ ਬੇਨਤੀ ਤੈਨੂੰ ਚੰਗੀ ਲੱਗੇ ਉਸ ਦੀ ਤੂੰ ਪ੍ਰਵਾਨ ਕਰ ਲੈਂਦਾ ਹੈ ਤੇ ਉਸ ਮਨੁੱਖ ਨੂੰ ਸ਼ਾਬਾਸ਼ੇ ਮਿਲਦੀ ਹੈ ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਦਪਾਸ ਇਹ ਸਾਰਾ ਤੇਰਾ ਹੀ ਕੋਤਕ ਵਰਤ ਰਿਹਾ ਹੈ ਸਭਨਾ ਦਾ ਦੁੱਖ ਤੇ ਸੁੱਖ ਦਾ ਤਰਲਾ ਤੇਰੇ ਕੋਲ ਹੁੰਦਾ ਹੈ ਪ੍ਰਮਾਤਮਾ ਕੋਲ ਦੁੱਖਾਂ ਤੇ ਸੁੱਖਾਂ ਦੇ ਖਜ਼ਾਨੇ ਭਰੇ ਨੇ ਆਪਣੇ ਤਰੀਕੇ ਨਾਲ ਉਹ ਇਹਨਾਂ ਨੂੰ ਜੀਵਾਂ ਦੇ ਵਿੱਚ ਵੰਡਦਾ ਰਹਿੰਦਾ ਹੈ ਸ਼ਲੋਕ ਮਹਲਾ 3 ਜੀ ਗੁਰਮੁਖ ਸਚੈ ਭਾਮਦੇ ਦਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ ਗੁਰਮੁਖ ਸੱਚਾ ਭਾਵ ਦੇ ਦਰ ਸੱਚਾ ਸੱਚਿਆਰ ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਤੇ ਸੱਚੇ ਦੇ ਦਰ ਤੇ ਉਹ ਸੱਚ ਦੇ ਵਪਾਰੀ ਸਮਝੇ ਜਾਂਦੇ ਹਨ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਸਤਿਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲੇ ਉਹਨਾਂ ਸੱਜਣਾ ਦੇ ਮਨ ਵਿੱਚ ਸਦਾ ਹੀ ਖੜਾਉ ਰਹਿੰਦਾ ਹੈ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਸਤਿਗੁਰੂ ਦਾ ਸ਼ਬਦ ਉਹਨਾਂ ਦੇ ਹਿਰਦੇ ਵਿੱਚ ਵਸਾਇਆ ਹੈ ਇਸ ਲਈ ਸਿਰਜਨਹਾਰ ਨੇ ਉਹਨਾਂ ਦਾ ਦੁੱਖ ਕਟਿਆ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਚਾਨਣ ਕੀਤਾ ਹੈ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਹੈ ਨਾਨਕ ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮਿਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਹੈ ਉਹਨਾਂ ਮਨੁੱਖਾਂ ਦੀ ਗੱਲ ਇਸ ਸ਼ਬਦ ਦੇ ਵਿੱਚ ਇਸ ਸ਼ਲੋਕ ਦੇ ਵਿੱਚ ਹੋਈ ਹੈ ਜਿਨ੍ਹਾਂ ਦੇ ਉੱਪਰ ਪ੍ਰਭੂ ਕਿਰਪਾ ਕਰੇ ਤੇ ਉਹ ਸਤਿਗੁਰੂ ਦੇ ਸਨਮੁਖ ਹੋ ਜਾਣ ਸਤਿਗੁਰੂ ਦਾ ਸ਼ਬਦ ਵਿਚਾਰਨ ਲੱਗਣ ਸ਼ਬਦ ਦੇ ਵਿਚਾਰਨ ਕਰਕੇ ਉਹਨਾਂ ਦੇ ਮਨ ਵਿੱਚ ਖਿੜਾਓ ਪੈਦਾ ਹੋ ਜਾਂਦਾ ਹੈ ਉਹਨਾਂ ਦੇ ਹਿਰਦੇ ਵਿੱਚ ਚਾਨਣ ਹੋ ਜਾਂਦਾ ਹੈ ਉਹਨਾਂ ਦਾ ਦੁੱਖ ਕਟਿਆ ਜਾਂਦਾ ਹੈ ਮਹਿਲਾ ਤੀਜਾ ਗੁਰ ਕੀ ਸੇਵਾ ਚਾਕਰੀ ਭੈ ਰਚ ਕਾਰ ਕਮਾਈ ਜਿਹਾ ਸੇਵਤ ਹੋ ਹੋਵੈ ਜੇ ਚੱਲੈ ਤਸਰ ਜਾਈ ਨਾਨਕ ਸਭ ਕਿਸ ਆਪ ਹੈ ਅਵਰ ਨਾ ਦੂਜੀ ਜਾਈ ਜੇ ਮਨੁੱਖ ਪ੍ਰਭੂ ਦੇ ਡਰ ਵਿੱਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚੱਕਰੀਕਾਰ ਕਰੇ ਤੇ ਉਸ ਪ੍ਰਭੂ ਦੀ ਰਜ਼ਾ ਵਿੱਚ ਤੁਰੇ ਤਾਂ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਉਹ ਸਿਮਰਦਾ ਹੈ ਫਿਰ ਹੈ ਨਾਨਕ ਐਸੇ ਮਨੁੱਖ ਨੂੰ ਸਭ ਥਾਈਂ ਪ੍ਰਭੂ ਹੀ ਪ੍ਰਭੂ ਦਿਸਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿਸਦਾ ਤੇ ਨਾ ਹੀ ਕੋਈ ਹੋਰ ਆਸਰੇ ਦੀ ਥਾਂ ਦਿਸਦੀ ਹੈ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੀਵੜ ਅਵਰਨਾ ਕੋਈ ਤੁਦ ਜੇ ਵਡ ਹੋਰ ਸ਼ਰੀਕ ਹੋਵੇ ਤਾਂ ਆਖੀਐ ਤੁਦ ਜੇ ਵਡ ਤੂੰ ਹੈ ਹੋਈ हे ਪ੍ਰਭੂ ਤੂੰ ਕਿੱਡਾ ਵੱਡਾ ਹੈ ਇਹ ਤੂੰ ਆਪ ਹੀ ਜਾਣਦਾ ਹੈ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਦ ਜੇ ਵਡ ਅਵਰ ਨਾ ਕੋਈ ਤੇਰੇ ਜਿੱਡਾ ਵੱਡਾ ਹੋਰ ਕੋਈ ਹੈ ਨਹੀਂ ਤੁਦ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਐ ਜੇ ਤੇਰੇ ਜਿੱਡਾ ਵੱਡਾ ਹੋਰ ਕੋਈ ਸ਼ਰੀਕ ਹੋਵੇ ਜਾਂ ਤੇਰੇ ਆਸ-ਪਾਸ ਦਾ ਵੀ ਕੋਈ ਹੋਵੇ ਤਾਂ ਹੀ ਉਹਨੂੰ ਵੇਖ ਕੇ ਅਸੀਂ ਆਖ ਸਕਦੇ ਹਾਂ ਕਿ ਤੂੰ ਕਿੱਡਾ ਕ ਵੱਡਾ ਹੈ ਪਰ ਸੱਚ ਤਾਂ ਇਹ ਹੈ ਕਿ ਤੁਦ ਜੇਵੜ ਤੂੰ ਹੈ ਹੋਈ ਕਿ ਤੇਰੇ ਜਿੱਡਾ ਤਾਂ ਤੂੰ ਆਪ ਹੀ ਹੈ ਸਮਝੀਏ ਇਸ ਗੱਲ ਨੂੰ ਜੇ ਕੋਈ ਤਰਲ ਪਦਾਰਥ ਨੂੰ ਅਸੀਂ ਮਿਲਣਾ ਹੋਵੇ ਤੇ ਮਿੰਤੀ ਵਾਲੇ ਡੱਬੇ ਪੈਮਾਨੇ ਸਾਡੇ ਕੋਲ ਹਨ ਉਹਦੇ ਚ ਪਾ ਕੇ ਅਸੀਂ ਦੱਸ ਸਕਦੇ ਹਾਂ ਕਿ ਇਹ 1 ਲੀਟਰ ਹੈ ਇਹ ਇੰਨੇ ਲੀਟਰ ਹੈ ਕੋਈ ਤੋਲਣ ਵਾਲੀ ਚੀਜ਼ ਹੋਵੇ ਤਾਂ ਇੱਕ ਖਾਸ ਤੋਲ ਦੇ ਵੱਟੇ ਸਾਡੇ ਕੋਲੇ ਹੁੰਦੇ ਨੇ ਜਿਨ੍ਹਾਂ ਦੇ ਬਰਾਬਰ ਰੱਖ ਕੇ ਅਸੀਂ ਦੱਸ ਸਕਦੇ ਹਾਂ ਕਿ ਇਹ ਚੀਜ਼ ਇੰਨੇ ਕਿਲੋ ਹੈ ਕੋਈ ਮਿੰਤੀ ਕਰਨ ਵਾਲੀ ਚੀਜ਼ ਹੋਵੇ ਤਾਂ ਫੁੱਟੇ ਫੀਤੇ ਜਰੀਬਾਂ ਸਾਡੇ ਕੋਲ ਹਨ ਜਿਨ੍ਹਾਂ ਦੇ ਬਰਾਬਰ ਰੱਖ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਇੰਨੇ ਫੁੱਟ ਹੈ ਇਹ ਇੰਨੇ ਮੀਟਰ ਲੰਬੀ ਚੀਜ਼ ਹੈ ਪਰ ਜਦੋਂ ਪ੍ਰਮਾਤਮਾ ਦੀ ਗੱਲ ਕਰੀਏ ਤੇ ਕੋਈ ਪੈਮਾਨਾ ਹੀ ਨਹੀਂ ਹੈ ਜਿੱਡਾ ਵੱਡਾ ਪ੍ਰਮਾਤਮਾ ਹੈ ਉਹਦੇ ਬਰਾਬਰ ਦੀ ਕੋਈ ਚੀਜ਼ ਹੈ ਹੀ ਨਹੀਂ ਕਿ ਜਿਹਦੇ ਬਰਾਬਰ ਰੱਖ ਕੇ ਅਸੀਂ ਕਹਿ ਸਕੀਏ ਕਿ ਪ੍ਰਮਾਤਮਾ ਇੰਨਾ ਵੱਡਾ ਹੈ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਦ ਜੀਵੜ ਅਵਰਣਾ ਕੋਈ ਜਿਨ ਤੂੰ ਸੇਵਿਆ ਤਿੰਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਨ ਘੜਨ ਸਮਰੱਥ ਦਾਤਾਰ ਹੈ ਤੁਦ ਅਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਜਿਸ ਮਨੁੱਖ ਨੇ ਤੈਨੂੰ ਸਿਮਰਿਆ ਉਸਨੇ ਸੁੱਖ ਪਾਇਆ ਹੈ ਤੇ ਜਿਸ ਮਨੁੱਖ ਨੇ ਇਹ ਸੁੱਖ ਪਾ ਲਿਆ ਹੋਰ ਮਨੁੱਖ ਉਹਦੀ ਕੀ ਰੀਸ ਕਰ ਸਕਦਾ ਹੈ ਸਰੀਰਾਂ ਨੂੰ ਨਾਸ ਵੀ ਤੂੰ ਆਪ ਕਰਦਾ ਹੈ ਬਣਾ ਵੀ ਤੂੰ ਆਪ ਸਕਦਾ ਹੈ ਸਭ ਦਾਤਾ ਦੀ ਬਖਸ਼ਿਸ਼ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਤੇਰੇ ਅੱਗੇ ਦਾਤਾ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ ਤੁਦ ਜੇ ਵਰ ਦਾਤਾ ਮੈਂ ਕੋਈ ਨਦਰ ਨਾ ਆਵਈ ਤਦ ਸਭ ਸੈ ਨੂੰ ਦਾਨ ਦਿੱਤਾ ਖੰਢੀ ਵਰ ਭੰਢੀ ਪਾਤਾਲੀ ਪੁਰੀ ਸਭ ਲੋਈ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਕਿ ਮੈਨੂੰ ਤੇਰੇ ਜੱਡਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ ਖੰਡਾਂ ਬ੍ਰਹਮੰਡਾਂ ਪਤਾਲਾਂ ਪੁਰੀਆਂ ਸਾਰੇ 14 ਹੀ ਲੋਕਾਂ ਵਿੱਚ ਤੂੰ ਹੀ ਸਭ ਜੀਆਂ ਨੂੰ ਬਖਸ਼ਿਸ਼ ਕੀਤੀ ਹੈ। ਸਲੋਕ ਮਹਲਾ 3 ਜੀ ਮਨ ਪ੍ਰਤੀਤ ਨਾ ਆਈਆ ਸਹਿਜ ਨ ਲੱਗੋ ਪਾਓ। ਸ਼ਬਦੈ ਸਾਧਨਾ ਪਾਇਓ ਮਨ ਹਟਕਿਆ ਗੁਣ ਗਾਏ। ਨਾਨਕ ਆਇਆ ਸੋ ਪਰਵਾਣ ਹੈ ਜੇ ਗੁਰਮੁਖ ਸੱਚ ਸਮਾਈ ਜੇ ਮਨ ਵਿੱਚ ਹਰੀ ਦੀ ਹੋਂਦ ਦੀ ਪ੍ਰਤੀਤ ਨਾ ਆਈ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ ਅਡੋਲਤਾ ਦੇ ਵਿੱਚ ਪਿਆਰ ਨਾ ਲੱਗਾ ਬੜੀ ਮਹੱਤਵਪੂਰਨ ਗੱਲ ਹੈ ਜਾਣਨ ਵਾਲੀ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ ਕਿ ਜੇ ਮਨ ਦੇ ਵਿੱਚ ਉਸ ਪ੍ਰਭੂ ਦੀ ਹੋਂਦ ਦੀ ਪ੍ਰਤੀਤ ਨਾ ਆਈ ਜੇ ਅਡੋਲਤਾ ਦੇ ਨਾਲ ਪਿਆਰ ਨਾ ਲੱਗਾ ਸ਼ਬਦ ਦਾ ਸਾਧਨਾ ਪਾਇਓ ਮਨ ਹਠ ਕਿਆ ਗੁਣ ਗਾਈ ਜੇ ਸ਼ਬਦ ਦਾ ਰਸ ਨਾ ਲੱਭਾ ਤਾਂ ਮਨ ਦੇ ਹੱਥ ਨਾਲ ਸਿਫਤ ਸਲਾਹ ਕਰਨ ਦਾ ਕੀ ਲਾਮ ਬੜੇ ਹੀ ਲੋਕ ਹਨ ਜੋ ਨਿਯਮਿਤ ਤੌਰ ਤੇ ਗੁਰਬਾਣੀ ਪੜ੍ਹਦੇ ਹਨ ਪਾਠ ਕਰਦੇ ਹਨ ਹਰ ਰੋਜ਼ ਕਰਦੇ ਹਨ ਤੇ ਬੜੇ ਅਜੇ ਹਨ ਜੋ ਸਿਰਫ ਮਨ ਹੱਠ ਦੇ ਨਾਲ ਪਾਠ ਪੜ੍ਹਦੇ ਹਨ ਕਿੱਥੋਂ ਪਤਾ ਚੱਲਦਾ ਹੈ ਤੁਸੀਂ YouTube ਤੇ ਸਰਚ ਕਰੋ ਜਪਜੀ ਸਾਹਿਬ ਤੇ ਜਿਹੜੀਆਂ ਸੁਜੈਸ਼ਨਾਂ ਆਉਂਦੀਆਂ ਨੇ ਜਦੋਂ ਅਸੀਂ ਕੋਈ ਵੀ ਸ਼ਬਦ YouTube ਦੇ ਸਰਚ ਬਾਕਸ ਦੇ ਵਿੱਚ ਪਾਉਂਦੇ ਆ ਤੇ ਨੀਚੇ ਉਹਦੇ ਨਾਲ ਮਿਲਦੇ ਜੁਲਦੇ ਸੈਂਟੈਂਸ ਆ ਜਾਂਦੇ ਆ ਤੁਹਾਨੂੰ ਆਮ ਹੀ ਮਿਲ ਜਾਵੇਗਾ ਜਪਜੀ ਸਾਹਿਬ fast ਕਿਤੇ ਜੀ ਤੇਜ਼ੀ ਦੇ ਨਾਲ ਪੜਿਆ ਹੋਇਆ ਪਾਠ ਮਿਲ ਜਾਵੇ ਅਸੀਂ 10-15 ਮਿੰਟਾਂ ਦੇ ਵਿੱਚ ਉਹਨੂੰ ਸੁਣ ਕੇ ਤੇ ਆਪਣੇ ਕੰਮੀਕਾਰੀਆਂ ਲੱਗਦੇ ਹੋਈਏ ਕੀ ਫਾਇਦਾ ਹੈ ਸ਼ਬਦ ਹੈ ਸਾਧਨਾ ਪਾਇਓ ਜੇ ਉਸ ਸ਼ਬਦ ਦੇ ਵਿੱਚੋਂ ਰਾਸ ਨਹੀਂ ਲੱਭਿਆ ਮਨ ਹੱਠ ਕਿਆ ਗੁਣ ਗਾਏ ਤਾਂ ਮਨ ਦੇ ਹੱਠ ਨਾਲ ਸਿਫਤ ਸਲਾਹ ਕਰਨ ਦਾ ਫਿਰ ਲਾਭ ਕੀ ਹੋਇਆ ਜੇ ਸ਼ਬਦ ਦਾ ਸਵਾਦ ਲੈਣਾ ਹੈ ਸ਼ਬਦ ਦੇ ਵਿੱਚੋਂ ਰਸ ਲੱਭਣਾ ਹੈ ਤਾਂ ਫਿਰ ਕਮਾਂਕਾਰਾਂ ਦੀ ਚਿੰਤਾ ਛੱਡ ਕੇ ਬੈਠ ਜਾਓ ਤੇ ਗੁਰਬਾਣੀ ਨੂੰ ਗਾ ਕੇ ਪੜੋ ਫਿਰ ਦੇਖੋ ਰਸ ਆਉਂਦਾ ਇਹ ਗੱਲ ਮੈਂ ਆਪਣੇ అనుభవ ਤੋਂ ਦੱਸ ਰਿਹਾ ਹਾਂ ਸਮਝਦੇ ਹਾਂ ਅਜੋਕਾ ਜੀਵਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਬੈਠੇ ਗੁਰਬਾਣੀ ਹੀ ਪੜਦੇ ਰਹੀਏ ਸਭ ਨੇ ਕਮਾਂਕਾਰਾਂ ਤੇ ਜਾਣਾ ਹੁੰਦਾ ਹੈ ਕੁਝ ਥੋੜਾ ਬਹੁਤਾ ਸਮਾਂ ਹੀ ਸਾਨੂੰ ਮਿਲਦਾ ਹੈ ਪਰ ਜਿਹੜਾ ਉਹ ਥੋੜਾ ਬਹੁਤਾ ਸਮਾਂ ਮਿਲਦਾ ਹੈ ਉਹਦੇ ਵਿੱਚ ਤੇਜ਼ੀ ਤੇਜ਼ੀ ਦੇ ਨਾਲ ਪੂਰਾ ਪਾਠ ਸਮਾਪਤ ਕਰਨ ਦੀ ਬਜਾਏ ਜੇ ਤੁਹਾਡੇ ਕੋਲ 15 ਮਿੰਟ ਹਨ ਤੇ ਉਹਨਾਂ 15 ਮਿੰਟਾਂ ਦੇ ਵਿੱਚ ਤੁਸੀਂ ਸਿਰਫ 15 ਪੌੜੀਆਂ ਪੜ ਸਕਦੇ ਹੋ ਜਪਜੀ ਸਾਹਿਬ ਦੀਆਂ ਤੇ 15 ਪੜ ਲਵੋ ਪਰ ਗਾ ਕੇ ਪੜੋ ਆਕੇ ਗੁਰਬਾਣੀ ਦਾ ਅਰਥਾਂ ਦਾ ਭਾਵ ਤੁਹਾਡੇ ਹਿਰਦੇ ਤੱਕ ਜਾਵੇ ਦੂਜੀ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਜੇ ਤੁਸੀਂ ਜੋ ਪੰਕਤੀਆਂ ਪੜ੍ਹਦੇ ਪਈਓ ਉਹਨਾਂ ਦੇ ਅਰਥ ਤੁਹਾਨੂੰ ਨਹੀਂ ਪਤਾ ਤਾਂ ਅੱਧਾ ਲਾਭ ਮਿਲ ਰਿਹਾ ਤੁਹਾਨੂੰ ਅੱਧਾ ਲਾਭ ਕਿਉਂਕਿ ਜੇਕਰ ਤੁਸੀਂ ਗਾ ਕੇ ਪੜ੍ਹੋਗੇ ਤਾਂ ਤੁਹਾਡੀ ਮੈਡੀਟੇਸ਼ਨ ਹੋਏਗੀ ਉਹ ਆਨੰਦ ਤੁਹਾਨੂੰ ਮਿਲੇਗਾ ਵਾਕਈ ਮਿਲੇਗਾ ਪਰ ਉਹ ਆਨੰਦ ਜ਼ਿਆਦਾ ਕਰਕੇ ਉਹਨੇ ਸਮੇਂ ਲਈ ਹੋਏਗਾ ਜਿੰਨਾ ਸਮਾਂ ਤੁਸੀਂ ਗੁਰਬਾਣੀ ਪੜ ਰਹੇ ਹੋਵੋਗੇ ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਇਹ ਵੀ ਤੁਸੀਂ ਟਰਾਈ ਕਰਕੇ ਵੇਖ ਸਕਦੇ ਹੋ ਕੋਸ਼ਿਸ਼ ਕਰਕੇ ਵੇਖ ਸਕਦੇ ਹੋ ਕਿ ਜੇ ਤੁਸੀਂ ਗਾ ਕੇ ਗੁਰਬਾਣੀ ਪੜੋਗੇ ਸਾਰਾ ਦਿਨ ਤੁਹਾਡੇ ਮਨ ਵਿੱਚ ਉਹ ਗੂੰਜੇਗੀ ਅਸੀਂ ਕੋਈ ਗੀਤ ਸੁਣ ਲਈਏ ਉਹਦੇ ਬੋਲ ਮਨ 'ਚ ਗੂੰਜਦੇ ਰਹਿੰਦੇ ਆ ਉਹੀ ਫਲਸਫਾ ਇੱਥੇ ਹੈ ਗੁਰਬਾਣੀ ਨੂੰ ਤੁਸੀਂ ਜੇ ਗਾ ਕੇ ਪੜੋਗੇ ਉਹ ਤੁਹਾਡੇ ਮਨ ਵਿੱਚ ਗੂੰਜਦੀ ਰਹੇਗੀ ਸਾਰਾ ਦਿਨ ਸਮੇ ਸਮੇ ਤੇ ਤੁਹਾਡੇ ਮਨ ਵਿੱਚ ਕਿਤੋਂ ਵੀ ਕੋਈ ਵੀ ਪੰਕਤੀ ਆ ਜਾਏਗੀ ਜਿਵੇਂ ਤੁਸੀਂ ਉਹਨੂੰ ਗਾਇਆ ਸੀ ਉਵੇਂ ਹੀ ਤੁਹਾਡੇ ਮਨ ਵਿੱਚ ਚੱਲ ਪਏਗੀ ਸਾਰਾ ਦਿਨ ਹੀ ਆਨੰਦਮਈ ਹੋ ਸਕਦਾ ਪਰ ਜੇ ਤੁਸੀਂ ਨਾਲ ਦੀ ਨਾਲ ਅਰਥ ਵੀ ਸਮਝਦੇ ਪਏ ਹੋ ਤਾਂ ਸੋਨੇ ਤੇ ਸੁਹਾਗਾ ਹੈ ਕਿਉਂਕਿ ਫੇਰ ਜਦੋਂ ਉਹ ਪੰਕਤੀ ਤੁਹਾਡੇ ਮਨ ਚ ਗੂੰਜੇਗੀ ਨਾਲ ਹੀ ਉਹਦੇ ਅਰਥ ਵੀ ਗੂੰਜਣਗੇ ਤੁਸੀਂ ਟਿਕਾਣੇ ਰਹੋਗੇ ਸਹੀ ਜੀਵਨ ਰਾਹ ਤੇ ਰਹੋਗੇ ਪਟਕੋਗੇ ਨਹੀਂ ਇੱਧਰ ਉੱਧਰ ਪਰ ਮਨ ਹਟ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਕਰਨ ਦਾ ਕੋਈ ਲਾਭ ਨਹੀਂ ਜਦ ਤੱਕ ਤੁਹਾਡੇ ਮਨ ਦੇ ਵਿੱਚ ਉਸ ਪ੍ਰਮਾਤਮਾ ਪ੍ਰਤੀ ਪ੍ਰੀਤ ਨਹੀਂ ਬਣੀ ਅਡੋਲਤਾ ਨਹੀਂ ਬਣੀ ਸ਼ਬਦ ਦੇ ਨਾਲ ਪਿਆਰ ਨਹੀਂ ਲੱਗਾ ਸ਼ਬਦ ਤੋਂ ਰਸ ਨਹੀਂ ਮਿਲਿਆ ਉਦੋਂ ਤੱਕ ਕੋਈ ਲਾਭ ਨਹੀਂ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਪਾਓ ਸ਼ਬਦ ਦਾ ਸਾਧਨਾ ਪਾਇਓ ਮਨ ਹਟ ਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਈ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਈ اے ਨਾਨਕ ਸੰਸਾਰ ਦੇ ਵਿੱਚ ਜੰਮਿਆ ਉਹ ਜੀਵ ਮੁਬਾਰਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿੱਚ ਲੀਨ ਹੋ ਜਾਏ ਮਹਿਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਏ ਮੁੰਡਾ ਦੀ ਖਸਲਤ ਨਾ ਗਈਆ ਅੰਦੇ ਵਿਛੜ ਝੋਟਾਂ ਖਾਏ ਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਆਖ ਕੇ ਦਿਖਾਉਂਦਾ ਹੈ ਸਤਗੁਰੂ ਦੇ ਦਰ ਤੇ ਪਹੁੰਚ ਕੇ ਵੀ ਅੰਨੇ ਦੀ ਮੋਟਦੀ ਦੂਜਿਆਂ ਨੂੰ ਦਿਖਾਉਣ ਦੀ ਵਾਦੀ ਦੂਰ ਨਹੀਂ ਹੁੰਦੀ ਤੇ ਹਰੀ ਤੋਂ ਵਿਛੜ ਕੇ ਉਹ ਦੁੱਖ ਸਹਿੰਦਾ ਹੈ ਤੁਸੀਂ ਕਿਸੇ ਨਾਲ ਕੋਈ ਗੱਲਬਾਤ ਕਰਦੇ ਪਏ ਹੋਮੋ ਆਰਗੂਮੈਂਟ ਕਰਦੇ ਪਏ ਹੋਮੋ ਦੇ ਸਾਹਮਣੇ ਵਾਲਾ ਥੋੜਾ ਜਿਹਾ ਉੱਚਾ ਬੋਲ ਪਵੇ ਤਾਂ ਚੱਟ ਤੁਸੀਂ ਉਹਨੂੰ ਕਹੋਗੇ ਕਿ ਤੂੰ ਗੁੱਸੇ 'ਚ ਬੋਲਿਆ ਉੱਚਾ ਬੋਲਿਆ ਪਰ ਉਹੀ ਜੇ ਤੁਸੀਂ ਉੱਚਾ ਬੋਲੋ ਤੁਹਾਡੇ ਮਨ ਵਿੱਚ ਨਹੀਂ ਆਏਗਾ ਕਿ ਮੈਂ ਉੱਚਾ ਬੋਲਿਆ ਕਿਉਂ ਕਿਉਂਕਿ ਤੁਹਾਨੂੰ ਆਪੇ ਦੀ ਪਛਾਣ ਨਹੀਂ ਹੈ ਜੇ ਆਪੇ ਦੀ ਪਛਾਣ ਹੋਗੀ ਫਿਰ ਤੁਸੀਂ ਦੂਜੇ ਨੂੰ ਕਹਿਣ ਦੀ ਬਜਾਏ ਪਹਿਲਾਂ ਆਪਣੇ ਆਪ ਨੂੰ ਆਖੋਗੇ ਕਿ ਤੂੰ ਉੱਚਾ ਕਿਉਂ ਬੋਲ ਰਿਹਾ ਹੈ ਨਾਰਮਲ ਗੱਲਬਾਤ ਕਰਦੇ ਪਏ ਆ ਤੂੰ ਗੁੱਸੇ ਕਿਉਂ ਹੋ ਰਿਹਾ ਜਾਂ ਗੁੱਸਾ ਵਿਅਕਤ ਕਰਨ ਤੋਂ ਪਹਿਲਾਂ ਗੁੱਸਾ ਤੁਹਾਡੇ ਅੰਦਰ ਪਣ ਪਏਗਾ ਜੇ ਤੁਸੀਂ ਇਸ ਗੱਲਬਾਤ ਦੇ ਦੌਰਾਨ ਕਿਸੇ ਆਰਗੂਮੈਂਟ ਦੇ ਦੌਰਾਨ ਪਹਿਲਾਂ ਮਹਿਸੂਸ ਕਰੋਗੇ कि ਤੁਹਾਡੇ ਅੰਦਰ ਇੱਕ ਗੁੱਸਾ ਪੈਦਾ ਹੋ ਰਿਹਾ ਹੈ ਫਿਰ ਤੁਸੀਂ ਉਸ ਗੁੱਸੇ ਨੂੰ ਬਾਹਰ ਕੱਢੋਗੇ ਭਾਵੇਂ ਉੱਚਾ ਬੋਲ ਕੇ ਸਹੀ ਜਾਂ ਅਗਲੇ ਨੂੰ ਕੋਈ ਗਾਲ ਕੱਢੋਗੇ ਅਗਲੇ ਦੇ ਹੋ ਸਕਦਾ ਤੁਸੀਂ ਕੋਈ ਥੱਪੜ ਮਾਰ ਦੇ। ਕਰੋ ਗੁੱਸਾ ਪਹਿਲਾਂ ਤੁਹਾਡੇ ਅੰਦਰ ਪਣ ਪਏਗਾ ਬਾਹਰ ਫਿਰ ਆਏਗਾ। ਹੁਣ ਜਿਸ ਨੂੰ ਆਪਣੇ ਆਪੇ ਦੀ ਪਛਾਣ ਹੈ ਉਹ ਮਹਿਸੂਸ ਕਰ ਪਾਏਗਾ ਕਿ ਉਹਦੇ ਅੰਦਰ ਇਹ ਗੁੱਸਾ ਪਣ ਪਰਿਆ ਹੈ। ਉਹ ਜਾਂ ਤੇ ਉਸ ਆਰਗੂਮੈਂਟ ਨੂੰ ਉੱਥੇ ਛੱਡ ਕੇ ਚਲਾ ਜਾਏਗਾ ਜਾਂ ਆਪਣੇ ਉਸ ਗੁੱਸੇ ਗੁੱਸੇ ਨੂੰ ਪਿਆਰ ਨਾਲ ਇੱਕ ਵਾਰ ਵਿਅਕਤ ਕਰ ਦੇਗਾ ਕਿ ਮੈਨੂੰ ਗੁੱਸਾ ਆ ਰਿਹਾ ਹੈ ਉਹਦੇ ਨਾਲ ਕੀ ਹੈ ਕਿ ਸਾਹਮਣੇ ਵਾਲੇ ਦਾ ਮਨ ਵੀ ਨਹੀਂ ਦੁਖੇਗਾ ਤੁਹਾਡੀ ਲੜਾਈ ਹੋਣੋਂ ਬਚ ਜਾਏਗੀ ਪਰ ਹੋਏਗਾ ਤਾਂ ਜ ਤੁਹਾਨੂੰ ਆਪੇ ਦੀ ਪਛਾਣ ਹੋਏਗੀ ਮੂਰਖ ਮਨੁੱਖ ਨੂੰ ਆਪਣੇ ਆਪ ਦੀ ਪਛਾਣ ਨਹੀਂ ਹੁੰਦੀ ਹਾਂ ਦੂਜਿਆਂ ਦੇ ਨੁਕਸ ਉਹਨੂੰ ਬੜੇ ਦਿਖਦੇ ਨੇ ਦੂਜਿਆਂ ਨੂੰ ਉਹ ਬਹੁਤ ਆਖ ਕੇ ਸੁਣਾਉਂਦਾ ਦਿਖਾਉਂਦਾ ਦਿਲ ਦਿਖਾਉਂਦਾ ਸਤ ਗੁਰ ਕੈ ਭੈ ਪੰਨ ਨਾ ਕੜਿਓ ਰਹੈ ਅੰਕ ਸਮਾਏ ਅਨ ਦਿਨ ਸਹਸਾ ਕਦੇ ਨ ਚੁਕੈ ਬਿਨ ਸ਼ਬਦੈ ਦੁਖ ਪਾਏ ਮੂਰਖ ਮਨੁਖ ਸਤ ਗੁਰੂ ਦੇ ਡਰ ਵਿੱਚ ਰਹਿ ਕੇ ਮਨ ਦੇ ਪਿਛਲੇ ਮਨ ਦੇ ਸੰਸਕਾਰਾਂ ਨੂੰ ਭੰਨ ਕੇ ਨਵੇਂ ਸਿਰੇ ਸਿਮਰਣ ਵਾਲੇ ਸੰਸਕਾਰ ਨਹੀਂ ਕੜਦਾ ਸੋ ਗੁਰੂ ਸਾਹਿਬ ਨੇ ਇਸੇ ਪੰਕਤੀ ਦੇ ਵਿੱਚ ਸਾਨੂੰ ਇੱਕ ਨੁਸਖਾ ਦਿੱਤਾ ਕਿ ਠੀਕ ਹੈ ਤੁਸੀਂ ਮੂਰਖ ਹੋ ਸਕਦੇ ਹੋ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਤੁਹਾਨੂੰ ਮੂਰਖ ਰੱਖਿਆ ਪਰ ਜਾਓ ਸਤਗੁਰੂ ਦੀ ਸ਼ਰਨ ਵਿੱਚ ਆਪਣੇ ਉਸ ਮੂਰਖਤਾ ਵਾਲੇ ਵਾਲੀ ਸ਼ਖਸੀਅਤ ਨੂੰ ਛੱਡ ਦਿਓ ਪਿੱਛੇ ਨਵੇਂ ਸਿਰੇ ਨੂੰ ਸਿਮਰਣ ਦੇ ਸੰਸਕਾਰ ਵਾਲੀ ਸ਼ਖਸੀਅਤ ਕੜ ਲਵੋ ਔਰ ਜਿਹੜਾ ਮੂਰਖ ਹੈ ਉਹ ਅਜਿਹਾ ਨਹੀਂ ਕਰਦਾ ਜਿ ਜਿਹਾ ਕਰ ਲਵੇ ਤੇ ਰਹਿ ਅੰਕ ਸਮਾਏ ਤਾਂ ਪ੍ਰਭੂ ਦੀ ਗੋਦੀ 'ਚ ਸਮਾਇਆ ਰਹੀ ਅਜਿਹਾ ਨਾ ਕਰਨ ਕਰਕੇ ਅਨ ਦਿਨ ਸਹਸਾ ਕਦੇ ਨਾ ਚੁੱਕਾ ਬਿਨ ਸ਼ਬਦ ਦਾ ਦੁੱਖ ਪਾਏ ਹਰ ਰੋਜ਼ ਉਹਦੀ ਚਿੰਤਾ ਦੂਰ ਨਹੀਂ ਹੁੰਦੀ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਉਹ ਦੁੱਖ ਪਾਉਂਦਾ ਹੈ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦੇ ਮੁੱਕੇ ਨੇੜਾ ਆਏ ਮੂਰਖ ਦੇ ਹਿਰਦੇ ਵਿੱਚ ਕਾਮ ਕ੍ਰੋਧ ਤੇ ਲੋਭ ਜ਼ੋਰਾਂ ਵਿੱਚ ਹੈ ਸਦਾ ਧੰਦੇ ਕਰਦਿਆਂ ਉਹਦੀ ਉਮਰ ਗੁਜ਼ਰ ਜਾਂਦੀ ਹੈ ਪੈਰ ਹੱਥ ਅੱਖਾਂ ਵੇਖ-ਵੇਖ ਕੇ ਤੇ ਕੰਨ ਸੁਣ-ਸੁਣ ਕੇ ਥੱਕ ਗਏ ਹਨ ਉਮਰ ਦੇ ਦਿਨ ਮੁੱਕ ਗਏ ਹਨ ਮਰਨ ਦੇ ਦਿਨ ਨੇੜੇ ਆ ਗਏ ਹਨ ਸੱਚਾ ਨਾਮ ਨ ਲਗੋ ਮੀਠਾ ਜਿਤ ਨਾਮ ਨਵ ਨਿਦ ਪਾਏ ਜੀਵਤ ਮਰੇ ਮਰੇ ਫੁਨ ਜੀਵੈ ਤਾ ਮੋਖੰਤਰ ਪਾਏ ਮਰਨ ਦੇ ਦਿਨ ਨੇੜੇ ਵੀ ਆ ਗਏ ਜਿਸ ਨਾਮ ਦੇ ਰਾਹੀ ਨੌ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ ਮੂਰਖ ਨੂੰ ਪਿਆਰਾ ਨਹੀਂ ਲੱਗਦਾ ਲੱਗੇ ਵੀ ਕਿਵੇਂ ਸੰਸਾਰ ਵਿੱਚ ਵਰਤਦਾ ਹੋਇਆ ਸੰਸਾਰ ਵੱਲੋਂ ਮੁਰਦਾ ਹੋ ਜਾਵੇ ਇਸ ਤਰ੍ਹਾਂ ਮਰ ਕੇ ਫੇਰ ਹਰੀ ਦੀ ਯਾਦ ਵਿੱਚ ਸੁਰਜੀਤ ਹੋਵੇ ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ ਧੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸ਼ਬਦੇ ਪਾਏ ਪਰ ਜਿਸ ਮਨੁੱਖ ਨੂੰ ਧਰੋ ਪ੍ਰਮਾਤਮਾ ਦੀ ਬਖਸ਼ਿਸ਼ ਨਸੀਬ ਨਾ ਹੋਈ ਉਹ ਪਿਛਲੇ ਚੰਗੇ ਸੰਸਕਾਰਾਂ ਵਾਲੇ ਕੰਮਾਂ ਤੋਂ ਬਿਨਾ ਹੁਣ ਬੰਦਗੀ ਵਾਲੇ ਸੰਸਕਾਰ ਕਿੱਥੋਂ ਲੱਭੇ ਏ ਮੂਰਖ ਸਤਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਸਾਭੇ ਕਿਉਂਕਿ ਉੱਚੀ ਆਤਮਿਕ ਅਵਸਥਾ ਤੇ ਭਲੀ ਮਤ ਸ਼ਬਦ ਤੋਂ ਹੀ ਮਿਲਦੀ ਹੈ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਏ ਨਾਨਕ ਸਤਗੁਰੂ ਵੀ ਤਦੋਂ ਹੀ ਮਿਲਦਾ ਜਦੋਂ ਮਨੁੱਖ ਹਿਰਦੇ ਵਿੱਚੋਂ ਹੰਕਾਰ ਦੂਰ ਕਰੇ ਤੇ ਹੰਕਾਰ ਵੀ ਉਹ ਤਦੋਂ ਦੂਰ ਕਰਦਾ ਜੇ ਪ੍ਰਮਾਤਮਾ ਉਹਦੇ ਤੇ ਬਖਸ਼ਿਸ਼ ਕਰੇ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 549ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੀ ਗੁਰਬਾਣੀ ਦੇ ਵਿੱਚ ਅਸੀਂ ਇੱਕ ਤੇ ਇਹ ਜਾਣਿਆ ਕਿ ਪ੍ਰਮਾਤਮਾ ਬਹੁਤ ਵੱਡਾ ਹੈ ਉਹ ਕਿੰਨਾ ਕੁ ਵੱਡਾ ਹੈ ਇਹ ਉਹ ਆਪ ਹੀ ਜਾਣਦਾ ਹੈ ਉਹਦੇ ਬਰਾਬਰ ਦਾ ਕੋਈ ਪਮਾਨਾ ਨਹੀਂ ਹੈ ਜਿਹਨੂੰ ਰੈਫਰੈਂਸ ਲੈ ਕੇ ਅਸੀਂ ਦੱਸ ਸਕੀਏ ਕਿ ਪ੍ਰਮਾਤਮਾ ਇੰਨਾ ਵੱਡਾ ਹੈ ਜਿਸ ਨੂੰ ਪ੍ਰਮਾਤਮਾ ਨੇ ਕੋਈ ਬਖਸ਼ਿਸ਼ ਕਰਨੀ ਹੋਵੇ ਉਸ ਤੇ ਉਹ ਬਖਸ਼ਿਸ਼ ਹੋ ਜਾਂਦੀ ਹੈ ਰਸਤੇ ਦੇ ਵਿੱਚ ਕੋਈ ਵੀ ਸ਼ਰੀਕ ਉਸ ਬਖਸ਼ਿਸ਼ ਨੂੰ ਰੋਕ ਨਹੀਂ ਸਕਦਾ ਜਿਸ ਮਨੁੱਖ ਨੇ ਪ੍ਰਭੂ ਨੂੰ ਤੇ ਗੁਰੂ ਨੂੰ ਆਪਣਾ ਰਾਖਾ ਮੰਨ ਲਿਆ ਉਹਦੇ ਅੰਦਰੋਂ ਚਿੰਤਾ ਤੇ ਫਿਕਰ ਦੂਰ ਹੋ ਜਾਂਦੇ ਨੇ ਉਹਦੇ ਦੁੱਖ ਕੱਟੇ ਜਾਂਦੇ ਨੇ ਤੇ ਸਭ ਤੋਂ ਹੀ ਮਹੱਤਵਪੂਰਨ ਗੱਲ ਜੋ ਅੱਜ ਅਸਾਂ ਸਿੱਖੀ ਹੈ ਉਹ ਹੈ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਓ ਸ਼ਬਦ ਦਾ ਸਾਧਨਾ ਪਾਇਓ ਮਨ ਹਠ ਕਿਆ ਗੁਣ ਗਾਈ ਜੇ ਮਨ ਵਿੱਚ ਪ੍ਰਭੂ ਦੀ ਪ੍ਰੀਤ ਨਹੀਂ ਲੱਗੀ ਸ਼ਬਦ ਦਾ ਪਿਆਰ ਨਹੀਂ ਲੱਗਾ ਜੇ ਸ਼ਬਦ ਦੇ ਵਿੱਚੋਂ ਰਸ ਨਹੀਂ ਲੱਭਾ ਤਾਂ ਮਨ ਹਠ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਕਰਨ ਦਾ ਕੋਈ ਲਾਭ ਨਹੀਂ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ